ਗੱਲ ਕੋਠੀ ਦਾ ਪਹਿਲੀ ਰੇਡ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਰਮਨ ਬਾਈ ਕਰਦੇ ਗੱਲ ਲਾ ਤਾੜੀਆਂ ਮਾਰ ਦਈਏ 16 ਵਾਲਾ ਗਰਨਾਲ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ ਹੁਣ ਵੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਰਦਾ ਕਮਾਲ ਆ 16 ਵਾਲਾ ਗਰਨਾਲ ਆ ਪਹਿਲੀ ਕਬੱਡੀ ਦੇ ਤਿਆਰ ਆ ਮਨੀਲਾ ਵਾਲਾ ਸਭ ਕੁਛ ਹੀ ਕਰਦਾ ਪਰ 16 ਵਾਲਾ ਗਰਨਾਲ ਇੱਕ ਟਾਪ ਦੇ ਪੁਆਇੰਟ ਦਾ ਵਾਧਾ ਜਿਹੜਾ ਆਪਣੀ ਟੀਮ ਦੇ ਖਾਤੇ ਦੇ ਕਰਦਾ ਆ ਆਸਟ੍ਰੇਲੀਆ ਦੀ ਧਰਤੀ ਦੇ ਜੱਟ ਦੇ ਰਿਕਾਰਡ ਬੋਲਦੇ ਆ ਆ ਕੈਨੇਡਾ ਦੀ ਧਰਤੀ ਅੱਜ ਵੀ ਯਾਦ ਕਰ ਰਹੀ ਹੈ ਆ ਅੰਬਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰਦਾ ਪ੍ਰੰਦੀਪੁਰੀ ਆ ਗੋਪੀ ਮੈਨੂੰ ਲੱਗਦਾ ਕਮਾਲ ਆ ਪਹਿਲੀ ਕਬੱਡੀ ਦੇ ਬੱਲੇ 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 ਆ ਸਵਾਲ ਆ ਅੰਬਾ ਪਹਿਲੀ ਕਬੱਡੀ ਦੇ ਉਂਗਲ ਖੜੀ ਕਰ ਗਿਆ ਆ ਅੰਬੇ ਨੇ ਕਹਿੰਦੇ ਕਟਾਉ ਦੇ ਪੈਣ ਦਾ ਵਾਧਾ ਕਰ ਦਿੱਤਾ 16 ਵਾਲਾ ਹਿੰਦਾ ਆ ਗਿਆ ਰਾਜੂ ਚੱਕ ਵੇਗ ਤੇ ਕਰਗਲ ਲਾ ਰੇਡ ਪਾਉਣ ਲਈ 100 ਪੈਂਦਾ ਹਿੰਦੇ ਦਾ ਜਿਹਨੇ ਕਬੱਡੀ ਪਾ ਦਿੱਤੀ ਹੈ ਵੇਖਦਾ ਖੇਡ ਦੇ ਮੈਦਾਨ ਦੇ ਵਿੱਚ ਹਿੰਦਾ ਰੇਡ ਪਾਉਣ ਲਈ ਵਾਧਾ ਆਇਆ ਚਾਰ ਜਾਫੀ ਤਿਆਰ ਨੇ ਅਲਗੋ ਵਾਲਾ ਜੱਗਾ ਇੱਕ ਕੰਨੀ ਦੇ ਉੱਪਰ ਹੈ ਨਾਲ ਵੇਖਦਾ ਬੈਂਕ ਵਾਲਾ ਜੱਟ ਜਦੋਂ ਕੱਢਦਾ ਹੈ ਵੱਟ ਨਿਕਲਦੀ ਆ ਅੱਗਾ ਤੇ ਨੰਬਰ ਫਿਰ ਹਿੰਦੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਜਿਹੜੇ ਜਿਹੜੇ ਦੀਪ ਨੂੰ ਪਿਆਰ ਕਰਦੇ ਇੱਕੜੀ ਤਾੜੀਆਂ ਜ਼ੋਰਦਾਰ ਤਾੜੀਆਂ ਜ਼ੋਰਦਾਰ ਮਾਰਦੀ ਹੈ ਛਾਤੀ ਦੇ ਉੱਪਰ ਹੁਕਮ ਦਾ ਯੱਕਾ ਖੜਵਾਇਆ ਹੋਇਆ ਆ ਛਾਤੀ ਦੇ ਉੱਪਰ ਹੁਕਮ ਦਾ ਯੱਕਾ ਖੜਵਾਇਆ ਹੋਇਆ ਇਹ ਚਰਚੇ ਢੰਡਾ ਵਾਲਾ ਕਰੂ ਕਮਾਲ ਆ ਰਾਣਾ ਕਰਦਾ ਕਮਾਲ ਆ ਦਬੁਰਜੀ ਦੇ ਨਾਲ ਟੱਕਰੇ ਬੱਲੇ 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 ਆ ਕਬੱਡੀ 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 ਏ ਕਬੱਡੀ 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 ਏ ਢੰਡਾ ਵਾਲਾ ਸਿਰਾ ਲਾ ਗਿਆ ਢੰਡਾ ਵਾਲਾ ਐਨ ਬੱਲੇ ਬੱਲੇ ਕਰਵਾ ਗਿਆ ਲੈ ਵੀ ਜੀਤ ਅਜੇ ਰੇਡਾਂ ਦੋ ਦੋ ਪਈਆਂ ਤੇ ਪਟਾਕੇ ਪੈਣੇ ਸ਼ੁਰੂ ਹੋ ਗਏ ਅਤੇ ਸਾਹਮਣੇ ਕੋਸ਼ਿਸ਼ ਕੀਤੀ ਹੈ ਤੇ ਸਾਹਮਣੇ ਰਾਮ ਸਰ ਫੈਸਲਾ ਕਰਦੇ ਆ ਕਿ ਨੰਬਰ ਜਿਹੜਾ ਹੈ ਧਾਵੀ ਨੇ ਆਪਣੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਲਾ ਧਗਾਣੇ ਵਾਲੇ ਕਹਿੰਦੇ ਨਿੱਕੂ ਦੇ ਚਰਚੇ ਹੋਏ ਆ ਪਰ ਆਹ ਮੁੰਡਾ ਕਬੱਡੀ ਪਾਉਣ ਦੇ ਲਈ ਆਹ ਮੁੰਡਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਤਿਆਰ ਆ ਮੁੰਡੇ ਦੀ ਚੜ੍ਹਤ ਹੈ ਚੜ੍ਹਾਈ ਹੈ ਜਿਹਨੇ ਰੇਡ ਪਾਉਣੀ ਹੈ ਸਾਹਮਣੇ ਵੇਖਦਾ ਆਹ ਕਬੱਡੀ ਪਾਉਣ ਲਈ ਵਾਧਾ ਹੈ ਫਰੰਦੀਪੁਰੀ ਇੱਕ ਕੰਨੀ ਤੇ ਹੈ ਰਮਨ ਵੀਰਾ ਕਰਦੇ ਗੱਲ ਪੈਂਦੀ ਨਦੋਰ ਵਾਲਾ ਨਿੱਕਾ ਕਬੱਡੀ ਪਾ ਰਿਹਾ ਆਹ ਲੱਦੂ ਵਾਲਾ ਪ੍ਰੀਤ ਤਿਆਰ ਹੈ ਪਰ ਪੁਆਇੰਟ ਨਦੋਰ ਵਾਲਾ ਨਿੱਕਾ ਆਪਣੀ ਟੀਮ ਦੇ ਖਾਤੇ ਦੇ ਜੋੜਦਾ ਹੈ ਮਿਸਰਪੁਰ ਪਿੰਡ ਹੈ ਹਰਮਨ ਨਾਮ ਹੈ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ ਹੁਣ ਦੇਖਾਂਗੇ ਹਰਮਨ ਦੀ ਪੈਂਦੀ ਹੋਈ ਕਬੱਡੀ ਹੈ ਅਲਗੋ ਵਾਲਿਆ ਹੈ ਰਾਦਾ ਮੂਹਰੇ ਹੋ ਕੇ ਜਫਾ ਲਾਉਂਦਾ ਜਾਂ ਕਹਿੰਦੇ ਬੈਂਕਾਂ ਵਾਲੇ ਬਾਜੂ ਨੂੰ ਆਹ ਦੇਖਾਂਗੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰਦਾ ਆਹ ਪੈਂਦੀ ਕਬੱਡੀ ਉੜਦੀ ਧੂੜ ਆਹ ਮਿਸਰਪੁਰੀ ਹੈ ਹਰਮਨ ਦੀ ਕਬੱਡੀ 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 ਤੇ ਅਲਗੋ ਪਿੰਡ ਦਾ ਜੱਗਾ ਕੁਛ ਹੀ ਕਰਦਾ ਤੇ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਆਇਆ ਸੁਰ ਸਿੰਘ ਆ ਭੀਮ ਆ ਗਿਆ ਚੱਕ ਮੈਗ ਤੇ ਕਰ ਗੱਲ ਲਾ ਰੇਡ ਪਾਉਣ ਲਈ ਸਾਹਮਣੇ ਭੀਮ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾਉਣ ਲਈ ਵਾਧਾ ਆਇਆ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਸੁਰ ਸਿੰਘ ਆ ਰੇਡ ਪਾ ਰਿਹਾ ਪ੍ਰੀਤ ਖੇਡ ਇਸ ਸਾਲ ਕੈਨੇਡਾ ਦੇ ਵਿੱਚ ਕਰਵਾਊਗਾ ਬੱਲੇ ਬੱਲੇ ਹੁਣ ਵੇਖਣਾ ਗੁਰੂ ਤੇ ਚੇਲੇ ਨੇ ਕੰਨੀਆਂ ਨੱਪੀਆਂ ਹੋਈਆਂ ਨਾਲ ਜੈਦੀਪ ਹੁਣ ਕੌਣ ਬੈਂਕਾਂ ਦਾ ਕੋਸ਼ਿਸ਼ ਕਰਦਾ ਵੱਜਦੇ ਧੱਕੇ ਰੱਖਿਆ ਦੌੜ ਦੇ ਵਿੱਚ ਆਥਾ ਕਬੱਡੀ 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 ਪੁਆਇੰਟ ਬੈਂਕਾਂ ਵਾਲੇ ਜੈਦੀਪ ਦੇ ਖਾਤੇ ਦੇ ਵਿੱਚ ਹੈ ਇਹ ਜੈਦੀਪ ਆ ਬੈਂਕਾਂ ਵਾਲਾ ਜਿਹਨੇ ਜਫਾ ਲਾ ਕੇ ਬੱਲੇ ਬੱਲੇ ਕਰਾ ਦਿੱਤੀ ਹੈ ਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਤੇ ਬੋਲ ਰਾਜੂ ਦੇ ਲਾ ਰੇਡ ਪਾਉਣ ਲਈ ਮੁੰਡਾ ਵਾਧਾ ਹੋਇਆ ਸੋਹਣਾ ਸਰੀਰ ਕਬੱਡੀ ਪਾ ਦਿੱਤੀ ਹੈ ਚਾਰ ਜਾਫੀ ਤਿਆਰ ਰਹੇ ਅਲਗੋ ਵਾਲੇ ਖੇਡਣਾ ਸਾਲ ਸ਼ਾਹਕੋਟ ਦੀ ਟੀਮ ਦੇ ਲਈ ਤੇ ਖੇਡਦਾ ਅੱਜ ਮੇਰੇ ਵੀਰੋ ਟੀਮ ਬੈਂਕਾਂ ਨੱਥੂ ਚੱਕਦੀ ਲਾਲੀ ਰਾਂਦੀ ਵੱਡੀ ਟੀਮ ਸੀਤੇ ਨਾਲ ਟੱਕਰ ਹੋਈ ਹੁਣ ਵੇਖਣਾ ਉਧਰ ਪਹਿਲਾਂ ਜੱਫਾ ਸਿਰੇ ਨਾਲ ਲੱਗਿਆ ਸੀਤੇ ਕਰਦੇ ਫਿਰ ਕਮਾਲ ਇੱਕ ਪਾਸੇ ਸੀਤਾ ਦੂਜੇ ਪਾਸੇ ਟੱਕਰ ਚੱਲ ਰਹੀ ਹੈ ਸਜੇ ਖੱਬੇ ਪੱਲੇ 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 ਵਾਹ ਜ਼ੋਰਦਾਰ ਓਏ ਅੱਜ ਤਾਂ ਅੱਗ ਹੀ ਨਿਕਲਦੀ ਆ ਭਾਂਬੜ ਮੱਚਦੇ ਆ ਦੁਨੀਆ ਦੇਖਦੀ ਆ ਜੰਨੇ ਵੀ ਜਫੇ ਲੱਗ ਰਿਹਾ ਅੱਜ ਬਾਸੀ ਹੋ ਰਹੀ ਹੈ ਇਹ ਇਲਾਕੇ ਦਾ ਵੱਡਾ ਮੇਲਾ ਬੱਗੀ ਤਿੱਤਰੀ ਕਮਾਦੋ ਨਿਕਲੀ ਉੜਦੀ ਨੂੰ ਬਾਜ ਪੈ ਗਿਆ
ਉੜਦੀ ਨੂੰ ਰਾਣਾ ਪੈ ਗਿਆ ਪਰ ਕੀੜੀ ਫਗਾਨੇ ਪਿੰਡ ਦਾ ਸਾਬਾ ਇੱਕ ਟੌਪ ਦੇ ਪੁਆਇੰਟ ਦਾ ਵਾਅਦਾ ਕਰਦਾ ਆ ਅਗਲੀ ਕਬੱਡੀ ਪਾਉਣ ਦੇ ਲਈ ਲਾ 16 ਵਾਲਾ ਗਰਨਾਲ ਤਿਆਰ ਹੈ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਕਰਦਾ ਕਮਾਲ ਲੈ ਵੀ ਅਲਗੋ ਵਾਲਿਆ ਹੈ ਰਾਦਾ ਆ ਜੱਫਾ ਲਾਉਣਦਾ ਮਨੀਲਾ ਵਾਲਿਆ ਹੈ ਰਾਦਾ ਆ ਗੁਰਨਾਲ ਨੂੰ ਜੱਫਾ ਲਾਉਣਦਾ ਪਰ 16 ਵਾਲਾ ਘੱਟ ਹੀ ਜਫੇ ਖਾਂਦਾ ਹੈ ਇਹ ਹੈ ਕਹਿੰਦੇ ਗੁਰਲਾਲ ਸੋਲ ਇੱਕ ਟਾਪ ਦੇ ਪਿੰਡ ਦਾ ਵਾਅਦਾ ਕਰ ਗਿਆ ਲਾ ਗੋਰਾ ਗੜਾ ਰਾਜੋ ਕੇ ਪਿੰਡ ਵਾਲਾ ਸੰਤਾਂ ਦੇ ਪਿੰਡ ਦਾ ਇਹ ਹੈ ਕਹਿੰਦੇ ਗੋਰਾ ਗੜਾ ਰਾਜੋ ਕੇ ਪਿੰਡ ਵਾਲਾ ਕਬੱਡੀ ਭਾਰਿਆ ਹੁਣ ਵੇਖਾਂਗੇ ਲੱਦੂ ਵਾਲਿਆ ਹੈ ਰਾਦਾ ਜੱਫਾ ਲਾਉਣਦਾ ਲਾ ਟੱਚ ਕੀਤਾ ਤੇ ਗੋਰਾ ਗੜਾ ਇੱਕ ਟਾਪ ਦੇ ਪਿੰਡ ਦਾ ਵਾਅਦਾ ਕਰਦਾ ਆ ਰਾਜੂ ਹਿੰਦਾ ਆ ਗਿਆ ਚੱਕ ਮੈਗ ਲਾ ਰੇਡ ਫਿਰ ਹਿੰਦੇ ਨੇ ਪਾਉਣੀ ਆ ਖੇਡ ਦੇ ਮੈਦਾਨ ਦੇ ਵਿੱਚ ਕਿ ਮੁੱਲ ਪੈਣ ਸਰੀਰਾਂ ਦੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜ਼ੋਰ ਜਵਾਨਾਂ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਜੱਗਾ ਕੋਸ਼ੀ ਕਰਦਾ ਤੇ ਨੰਬਰ ਧਾਵੀ ਨੇ ਸੁਰ ਸਿੰਘ ਪਿੰਡ ਦਾ ਅੰਬਾ ਹੈ ਅੰਬਾ ਫਿਰ ਤਿਆਰ ਜਿਹੜੇ ਜਿਹੜੇ ਕਹਿੰਦੇ ਗੋਪੀ ਨਾਲ ਟੱਕਰੋ ਵੇਖਰੀ ਰੌਲਾ ਜਿਹਾ ਪਾ ਕੇ ਭਾਰੀ ਉਧਰ ਗੁਰਚਰਨ ਆਸਟ੍ਰੇਲੀਆ ਬਹੁਤ ਸਾਰਾ ਪਿਆਰ ਭੇਜਿਆ ਪੰਜਾਬੀ ਬੋਲੀ ਉਹ ਦਿਲ ਦੀਆਂ ਗਰਾਈਆਂ ਤੋਂ ਵਾਡਾ ਧੰਨਵਾਦ ਹੈ ਗੁਰਚਰਨ ਭਰਾ ਆਸਟ੍ਰੇਲੀਆ ਵਾਲੇ ਵੱਲੋਂ ਪਰ ਇੱਧਰ ਭਾਈ ਕਬੱਡੀ ਅੰਬੇ ਦੀ ਤੇ ਪੁਆਇੰਟ ਅੰਬੇ ਦੇ ਖਾਤੇ ਹੈ ਰਵੀ ਸ਼ੇਰ ਦੇ ਪੁੱਤਰ ਦੇ ਖਾਤੇ ਦੇ ਵਿੱਚ ਹੈ ਇਹ ਆ ਕਹਿੰਦੇ ਅੰਬਾ ਸੁਰ ਸਿੰਘ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਹੁਣ ਦੇਖਾਂਗੇ ਆ ਪੰਡਤ ਵਧਿਆਇਆ ਹੈ ਲਾ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਲਾ ਪੰਡਤ ਦੀ ਪਈ ਹੋਈ ਕਬੱਡੀ ਉੱਧਰ ਬਲੇਰ ਪਿੰਡ ਦਾ ਸ਼ੀਤਾ ਸ਼ੀਤਾ ਤੇ ਪੰਡਤ ਆ ਪੰਡਤ ਉੱਠੋ ਮੁੜਿਆ ਉੱਠੋ ਮੁੜਿਆ ਉੱਠੋ ਮੁੜਿਆ ਬੱਲੇ 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 ਆ ਪੁਆਇੰਟ ਰੇਡਰ ਦੇ ਖਾਤੇ ਹੈ ਪੁਆਇੰਟ ਪੰਡਤ ਦੇ ਖਾਤੇ ਹੈ ਆ ਐਕਸ਼ਨ ਵਾਲੀ ਮਸ਼ੀਨ ਆ ਗਿਆ ਦਬੁਰਜੀ ਵਾਲਾ ਦੀਪ ਆ ਗਿਆ ਇਸ ਇਲਾਕੇ ਦਾ ਮਾਣ ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ਾਨ ਇਹ ਆ ਕਹਿੰਦੇ ਦਬੁਰਜੀ ਵਾਲਾ ਦੀਪ ਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਆ ਪਰੰਦੀਪੁਰੀਆ ਹੈ ਰਾਦਾ ਪਰ ਜੱਗੂ 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 ਤੇ ਦੀਪ ਜੱਗੂ ਤੇ ਦੀਪ ਪਰ ਦੀਪ ਕਹਿੰਦਾ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਹੱਦ ਬੁਰਜੀ ਵਾਲਾ ਦੀਪ ਟਾਪ ਦੇ ਪੈਰ ਦਾ ਵਾਧਾ ਕਰ ਦਿੱਤਾ ਹੈ ਮਹਾਂਪੁਰਸ਼ ਮੈਦਾਨ ਦੇ ਵਿੱਚ ਨੇ ਸਿੰਘ ਸਾਹਿਬ ਜਥੇਦਾਰ ਮਹਾਂਪੁਰਸ਼ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਸੋਲਵੇਂ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਮਹਾਂਪੁਰਸ਼ ਪੁੱਜੇ ਹੋਇਆ ਵੱਡਾ ਧੰਨਵਾਦ ਹੈ ਆ ਹਰਮਨ ਦੀ ਕਬੱਡੀ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕੌਣ ਅਲਗੋ ਪਿੰਡ ਦਾ ਜੱਗਾ ਘੋਸ਼ੀ ਕਰਦਾ ਤੇ ਪੁਆਇੰਟ ਰੇਡਰ ਦੇ ਖਾਤੇ ਨਿੱਕਾ ਆ ਗਿਆ ਚੱਕ ਮੈਂ ਰਾਜੂ ਲਾ ਰੇਡ ਨਿੱਕੇ ਨੇ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਵਿੱਚ ਨਿੱਕਾ ਕਬੱਡੀ ਪਾਣੀ ਵਾਧਾ ਆਇਆ ਚੋਲਾ ਸਾਹਿਬ ਦੀ ਧਰਤੀ ਦਾ ਜੱਗੂ ਇੱਕ ਕਣੀ ਤੇ ਸਵਰਗੀ ਸੁਖਮਨ ਦੀਆਂ ਯਾਦਾਂ ਨੇ ਕਦੇ ਗੁੱਟੀ ਭਲਵਾਨ ਦੀਆਂ ਯਾਦਾਂ ਨੇ ਲਾ ਪੈਂਦੀ ਰੇਡ ਚਾਰ ਜਾਂ ਫਿਰ ਤਿਆਰ ਨੇ ਲੱਦੂ ਵਾਲਿਆ ਲੱਗ ਜਾ ਲੱਤੀ ਪਰ ਟੰਡਾ ਵਾਲਾ ਕਹਿੰਦਾ ਮੈਨੂੰ ਛੱਡ ਦਿਓ ਮੈਂ ਕਰਦਾ ਦੁਆਥਾ ਤੇ ਨਿੱਕੇ ਨੇ ਇੱਕ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਧਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਹੇ ਜੀਤ ਵਰਪਾਲ ਸਾਡੀ ਜ਼ਿੰਦਗੀ ਦਾ ਮਾਣ ਤੇ ਨਾਲ ਸਾਡੇ ਵੀਰ ਗੁਰਵਿੰਦਰ ਸਭ ਭਰਾ ਹੋਣੀ ਪੁੱਜੀ ਅਤੇ ਜੋਤ ਭਰਾ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਫੱਟੇ 'ਚ ਗੱਡੇ ਕਿੱਲ ਵਰਗੀ ਆ ਰਹੀ ਹੈ ਕਿ ਸਾਨੂੰ ਫਕਰ ਦੋਸਤਾਂ 'ਤੇ ਹੁਣ ਯਾਰੀ ਸਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰੀਆਂ ਦੇ ਪਰਖੇ ਲਾ ਸਾਹਿਬ ਮਨੀਲਾ ਵਾਲਾ ਕਰਵਾਉਂਦਾ ਪੱਲੇ 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 ਟੱਕਰ ਟੱਕਰ ਸਿਰੇ ਦੀ ਮੁਕਾਬਲਾ ਝੜ ਰਿਹਾ ਹੁਣ ਵੇਖਣਾ ਵਾਓ ਨਵੇਂ ਪਿੰਡੀਆਂ ਇਹ ਆ ਬਾਊ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਇਹ ਭੀਮ ਸੁਰ ਸਿੰਘੀਆ ਤਿਆਰ ਹੈ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਘਰਾਵੇਗਾ ਵਰਪਾਲ ਪਿੰਡ ਦਾ ਮੇਲਾ ਚੱਲਦਾ ਹੈ ਬਾਬਾ ਫੌਜਾ ਸਿੰਘ ਜੀ ਮਹਾਂਪੁਰਸ਼ਾਂ ਦੀ ਯਾਦ ਹੈ ਐਨ ਆਰ ਆਈ ਵੀਰਾਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਵੱਡਾ ਮੇਲਾ ਪਰ ਇਹ ਲੱਦੂ ਵਾਲਾ ਪ੍ਰੀਤ ਆ ਕਰਦਾ ਕੋਸ਼ਿਸ਼ ਟੱਕਰ 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 ਭੀਮ ਦੇ ਨਾਲ ਆ ਭੀਮ ਤੇ ਪ੍ਰੀਤ ਬੱਲੇ 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 ਆ ਕਬੱਡੀ 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 ਆ ਤਾੜੀਆਂ ਵਾਹ ਉਹ ਭੀਮ ਬੱਲੇ ਬੱਲੇ ਘਰਾ ਗਿਆ ਮੁੰਡਾ ਗੁਰਲਾਲ ਆ ਗਿਆ ਰਾਜੂ ਚੱਕ ਮੈਂ ਗਾ ਲਾ ਰੇਡ ਗੁਰਲਾਲ ਪਾਉਣ ਲਈ ਬਾਅਦ ਆਇਆ ਗੁਰਲਾਲ ਸੋਲ ਪਿੰਡ ਦਾ ਕਬੱਡੀ ਪਾ ਰਿਹਾ ਐਨ ਚਿਲਮੇ ਕਾਂਦੇ ਚ ਧਾਵਾਂ ਬੋਲਿਆ ਇੱਕ ਟਾਪ ਦਾ ਖਿਡਾਰੀ ਮੇਰੇ ਵੀਰੋ ਜਿਹੜਾ ਮੇਰੇ ਸਾਫ ਸੁਥਰਾ ਖਿਡਾਰੀ ਹੈ ਸਾਹਮਣੇ ਪੈਂਦੀ ਰੇਡ ਹੁਣ ਬੈਂਕੇ ਵਾਲਾ ਕੋਸ਼ਿਸ਼ ਕਰਦਾ ਪਰ ਗੁਰਲਾਲ ਇੱਕ ਤਗੜੇ ਨੰਬਰ ਦਾ ਵਾਅਦਾ ਆਪਣੀ ਟੀਮ ਲਈ ਕਰਦਾ ਹੋਇਆ ਜਿਹੜੇ ਗੁਰਦਾਸਪੁਰ ਦਾ ਕੀੜੀ ਫਗਾਨਾ ਪਿੰਡ ਹੈ ਤੇ ਸਾਫ ਕਬੱਡੀ ਪਾਉਣ ਲਈ ਵਾਅਦਾ ਹੋਇਆ
खेड़ा न्यूजीलैंड करवाई बल्ले बल्ले ला सांभी की रेड आ टक्कर देखने वाली है आ टक्कर माझे वाले देखने वाली है आ टक्कर ते भंगड़े हुण मुकाबला एक पासे सांभी ते गोपी सांभी ते गोपी सांभी ते गोपी सांभी ते गोपी वाह प्यार नाल 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 प्यार दी खेड है प्यार दे नाल प्यार दे नाल प्यार दी खेड है प्यार दे नाल प्यार दे नाल प्यार दी खेड प्यार दे नाल।